ਮਾਮੂਲੀ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਲੜ ਪਏ ਦੁਕਾਨਦਾਰ। ਵੇਖੋ ਕਿਵੇਂ ਕੁੱਟ ਕੁੱਟ ਕੀਤਾ ਬੁਰਾ ਹਾਲ। ਦੱਸਦੇ ਕਿ ਦੋ ਦੁਕਾਨਦਾਰਾਂ ਦੇ ਵਿੱਚ ਖੂਨੀ ਝੜਪ ਹੋਈ ਹੈ, ਜਿੱਥੇ ਕੁਝ ਦੁਕਾਨਦਾਰਾਂ ਵੱਲੋਂ ਚੋਰ ਨੂੰ ਕਾਬੂ ਕੀਤਾ ਗਿਆ ਸੀ, ਪਰ ਦੂਸਰੇ ਦੁਕਾਨਦਾਰ ਨੇ ਮੌਕੇ ਤੇ ਆ ਕੇ ਕਿਹਾ ਕਿ ਮੈਂ ਇਸ ਨੂੰ ਜਾਣਦਾ ਹਾਂ। ਤੇ ਇਸੇ ਵਿੱਚ ਦੋਨਾਂ ਦੁਕਾਨਦਾਰਾਂ ਦੇ ਵਿੱਚ ਝੜਪ ਹੋ ਜਾਂਦੀ ਹੈ ਤੇ ਇਸ ਵਿੱਚ 6 ਤੋਂ 7 ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਨੇ, ਜਿਸ ਦੀ CCTV ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪੁਲਿਸ ਦੀ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਦੇ ਕਿ ਮਾਮਲਾ ਲੁਧਿਆਣੇ ਦਾ, ਜਿੱਥੇ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਦੋ ਧਿਰਾਂ ਦੇ ਵਿੱਚ ਖੂਨੀ ਝੜਪ ਹੋ ਜਾਂਦੀ ਹੈ। ਮਿਲੀ ਜਾਣਕਾਰੀ ਅਨੁਸਾਰ ਦੁਕਾਨ ਵਿੱਚ ਇੱਕ ਚੋਰ ਨੂੰ ਲੋਕਾਂ ਵੱਲੋਂ ਕਾਬੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕੋਈ ਦੂਸਰਾ ਦੁਕਾਨਦਾਰ ਉਸਦਾ ਪੱਖ ਕਰਦਾ ਹੈ ਕਿ ਇਹ ਚੋਰ ਨੇ, ਇਸ ਨੂੰ ਤਾਂ ਮੈਂ ਜਾਣਦਾ ਹਾਂ, ਜਿਸ ਵਿੱਚ ਦੋਨਾਂ ਦੇ ਵਿੱਚ ਬਹਿਸਬਾਜ਼ੀ ਹੁੰਦੀ ਹੈ ਤੇ ਫਿਰ ਇਹ ਹੱਥੋਂ ਪਾਈ ਤੇ ਉੱਤਰ ਆਉਂਦੇ ਨੇ ਤੇ ਆਪਸ ਦੇ ਵਿੱਚ ਭਿੜ ਜਾਂਦੇ ਨੇ, ਜਿਸ ਦੀ CCTV ਵੀਡੀਓ ਵੀ ਸਾਹਮਣੇ ਆਈ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਦੂਸਰੇ ਤੇ ਹਮਲਾ ਕਰ ਰਹੇ ਨੇ, ਜਿਸ ਦੇ ਵਿੱਚ ਕਰੀਬ 6 ਤੋਂ 7 ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਹੈ, ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਅਤੇ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪੁਲਿਸ ਟੀਮ ਪਹੁੰਚਦੀ ਹੈ ਅਤੇ ਮਾਹੌਲ ਨੂੰ ਸ਼ਾਂਤ ਕਰਵਾਇਆ ਜਾਂਦਾ ਹੈ ਤੇ ਇਸ ਸੰਬੰਧੀ ਪੁਲਿਸ ਦੀ ਟੀਮ ਹੁਣ ਜਾਂਚ ਦੇ ਵਿੱਚ ਜੁਟੀ ਹੈ। ਦੱਸ ਦਈਏ ਕਿ ਵੱਡੀ ਝੜਪ ਹੋਈ ਹੈ ਦੋ ਗੁੱਟਾਂ ਦੇ ਵਿੱਚ, ਦੋ ਦੁਕਾਨਦਾਰਾਂ ਦੇ ਵਿੱਚ, ਜਿੱਥੇ ਇੱਕ ਚੋਰ ਨੂੰ ਕਾਬੂ ਕੀਤਾ ਜਾਂਦਾ ਹੈ, ਦੂਸਰੇ ਦੁਕਾਨਦਾਰ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਚੋਰ ਨਹੀਂ ਹੈ, ਜਿਸ ਤੋਂ ਬਾਅਦ ਉਹਨਾਂ ਦੋਨਾਂ ਦੇ ਵਿੱਚ ਹੈ ਜਿਹੜੀ ਉਹ ਝੜਪ ਹੋ ਜਾਂਦੀ ਹੈ ਤੇ 6 ਤੋਂ 7 ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਨੇ। ਇਹਨਾਂ ਦੀ ਕਾਲ ਮਾਰਕੀਟ 'ਚ ਮੈਨੂੰ ਪਤਾ ਲੱਗਾ ਵੀ ਲੜਾਈ ਹੋਈ ਹੈ ਇਹਨਾਂ ਦੀ। ਕਿਹਨਾਂ ਦੀ? ਮੇਰੇ ਮੁੰਡੇ ਦੀ। ਇਹਨਾਂ ਦੀ ਦੁਕਾਨ ਆ ਨਾ ਉੱਥੇ ਹੀ ਅੰਦਰ ਹੀ ਕਾਲ ਮਾਰਕੀਟ ਦੇ ਵਿੱਚ। ਹਾਂਜੀ, ਮੁੰਡੇ ਦਾ ਨਾਮ ਕੀ ਹੈ? ਮੇਰੇ ਮੁੰਡੇ ਨਾਲ ਪ੍ਰਗਟ, ਪ੍ਰਗਟ ਸਿੰਘ। ਕਦੋਂ ਇਹ ਕੰਮ ਕਰ ਰਿਹਾ ਹੈ? ਇਹਨੇ ਦੁਕਾਨ ਉੱਤੇ ਕਿਰਾਏ ਤੇ ਲਈ ਆ। ਕਿਰਾਏ ਤੇ ਲਈ ਕਦੋਂ ਹੋ ਗਈ? 2-3 ਸਾਲ ਹੋ ਗਏ। ਜਦ ਕੀ ਹੋਇਆ ਜੀ? ਅੱਜ ਕੀ ਹੋਇਆ? ਅੱਜ ਕੋਈ ਕਿਸੇ ਦੀ ਲੜਾਈ ਹੋ ਰਹੀ, ਕੋਈ ਚੋਰ ਚੂਰ ਕੋਈ ਫੜਿਆ ਹੋਣਾ ਵਾ ਤੇ ਉਹ ਮੁੰਡਾ ਚੋਰ ਚੂਰ ਫੜਿਆ ਆਣਾ, ਇਹ ਉਹਨੂੰ ਜਾ ਕੇ ਛਡਾਉਣ ਚਲ ਗਏ ਤੇ ਛਡਾਉਣ ਗਏ ਤਾਂ ਉਹਨਾਂ ਨੇ ਇਹਨਾਂ 'ਤੇ ਹਮਲਾ ਕਰਤਾ। ਇਹਨਾਂ 'ਤੇ ਹਮਲਾ ਕੀਤਾ, ਜਦੋਂ ਇਹਨਾਂ 'ਤੇ ਸੱਟਾਂ ਸੁੱਟਾਂ ਲੱਗੀਆਂ, ਆ ਕੇ ਸਿਵਲ 'ਚ ਪਰਚਾ ਕਰਾ ਕੇ ਗਏ ਆ, ਸਿਵਲ ਦੇ ਵਿੱਚ ਪਰਚਾ ਕਰਾ ਕੇ ਗਏ ਇੱਥੋਂ ਇੱਥੋਂ ਫਿਰ ਦੁਬਾਰਾ ਉੱਥੇ ਗਏ ਆ, ਫਿਰ ਲੜਾਈ ਹੋ ਗਈ ਦੁਬਾਰਾ। ਹੁਣ ਉਹੀ ਕਤਵਾਲੀ ਉਹ ਲੈ ਕੇ ਆਏ ਇਹਨਾਂ ਨੂੰ, ਮੁੰਡੇ ਨਾਲ ਮੁਲਾਜ਼ਮ ਨਾਲ ਇਹਨਾਂ ਦੇ, ਅਤੇ ਉਹਨਾਂ ਮੁੰਡੇ ਮੇਰੇ ਦੇ ਕਾਫੀ ਸੱਟਾਂ ਲੱਗੀਆਂ, ਡੇਡੇ ਟੱਕ ਵਾ ਖੂਨ ਬੰਦ ਨੇ, ਆ ਦੇ ਲਓ ਹਲੇ ਤੱਕ ਖੂਨ ਲੱਗਾ ਮੇਰੇ ਹੱਥਾਂ ਦੇ ਨਾਲ। ਹਾਂ, ਤੇਜ਼ ਹਥਿਆਰ ਸਾਰੀ ਮਾਰਕੀਟ ਪਈ ਇਹਨਾਂ ਨੂੰ। ਅੱਛਾ, ਹਾਂਜੀ। ਕੀ ਮਾਰਿਆ ਕੀ ਇਹਨਾਂ ਨੇ? ਇਹਨਾਂ ਟੋਕੇ ਟਾਕੇ ਦੱਤ ਕਰਪਾਨਾ ਮਾਰੀਆਂ ਉਹਨਾਂ ਨੇ ਕੱਢ ਕੇ, ਤਾਂ ਹੀ ਦੇਖ ਲਓ ਜਾ ਕੇ ਅੰਦਰ ਸੱਟਾਂ ਕਿੱਡੀਆਂ ਕਿੱਡੇ ਟੋ, 3 ਜਣੇ ਦੇ ਤਿੰਨੇ ਜ਼ਖਮੀ। ਇਹਨਾਂ ਦਾ ਕੋਈ ਕਸੂਰ ਨਹੀਂ ਸੀਗਾ? ਕਸੂਰ ਇਹਨਾਂ ਦਾ ਕਿਹੜਾ? ਕੋਈ ਕਸੂਰ ਨਹੀਂ, ਛਡਾਉਣ ਹੀ ਗਏ ਤੁਹਾਡੇ ਸਾਹਮਣੇ, ਤੁਹਾਨੂੰ ਦੱਸੇ। ਚਾਹੁੰਦੇ ਕੀ ਹੋ? ਚਾਹੁੰਦੇ ਕੀ ਹੁਣ? ਜੋ ਇਹਨਾਂ ਦਾ ਕਸੂਰ ਆ, ਕਿੰਨੀ ਕੀ ਜਿੱਦਾਂ ਵੀ ਆ, ਜਿਹਨਾਂ ਦਾ ਕਸੂਰ ਆ ਤੇ ਇਹਨਾਂ ਨੂੰ ਮੈਂ ਕਹਿੰਦਾ ਵੀ ਗਲਤ ਵਾ, ਪਰ ਇਹਨਾਂ ਦਾ ਕਸੂਰ ਕੋਈ ਨਹੀਂ, ਇਹ ਤਾਂ ਛਡਾਉਣ ਹੀ ਗਏ ਸੀ ਉੱਥੇ। ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਥਾਣੇ ਜੀ ਵੀ ਇੱਥੇ ਨਿੱਗਰ ਮੰਡੀ ਕਾਲਗੜ੍ਹ ਮਾਰਕੀਟ ਲੜਾਈ ਹੋਈ ਹੈ ਜੀ। ਅਸੀਂ ਮੌਕੇ 'ਤੇ ਪਹੁੰਚੇ ਹਾਂ ਜੀ ਇੱਥੇ, ਅਤੇ ਮੈਟਰ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਜੀ ਕੀ ਹੈਗਾ ਜੀ ਕੀ ਨਹੀਂ। ਅਤੇ ਕਿੰਨੇ ਬੰਦੇ ਸਰ ਇਹ 'ਚ ਇੰਜਰ ਹੋਏ ਜੀ? ਇਹਦੇ 'ਚ ਜੋ ਸਾਨੂੰ ਪਤਾ ਲੱਗਿਆ ਵੀ 3 ਕੁ ਬੰਦੇ ਇਹਨਾਂ ਦੇ ਇੰਜਰਡ ਹੋਏ ਨੇ ਜੀ, ਜਿਹੜੇ ਹੋਸਪਿਟਲ ਐਡਮਿਟ ਹੋ ਗਏ ਟ੍ਰੀਟਮੈਂਟ ਲਈ। ਅਤੇ ਬਾਕੀ ਅਸੀਂ ਤੁਹਾਨੂੰ ਇਹਦੇ ਬਾਰੇ ਪੂਰੀ ਡਿਟੇਲ ਵਿੱਚ ਬਾਅਦ ਵਿੱਚ ਦੱਸਾਂਗੇ ਜੀ, ਅਸੀਂ ਮੈਟਰ ਇਨਵੈਸਟੀਗੇਟ ਕਰ ਰਹੇ ਹਾਂ ਜੀ। ਠੀਕ ਠੀਕ।